ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਮੌਸਮ ਫਿਰ ਬਹੁਤ ਖਰਾਬ ਹੋ ਗਿਆ ਜੀ, ਮੀਂਹ ਫਿਰ ਬਹੁਤ ਪੈ ਗਿਆ ਜੀ, ਖੇਤਾਂ ਵਿੱਚ ਪਾਣੀ ਫਿਰ ਭਰ ਗਿਆ ਜੀ। ਹੁਣ ਇੰਜਣ ਵੀ ਲਾਉਣਾ ਖੇਤਾਂ ਵਿੱਚ ਜੀ, ਜਾਣਾ ਇੰਜਣ ਲੈਣ ਵਾਸਤੇ। ਪਹਿਲਾਂ ਜੀ ਮਸ਼ੀਨ ਦੀਆਂ ਬੈਟਰੀਆਂ ਡਾਊਨ ਹੋ ਗਈਆਂ, ਸਟਾਰਟ ਨਹੀਂ ਹੋਈ ਜੀ। ਹੁਣ ਚਾਰਜ ਲਾਉਣੇ ਜੀ, ਉਹ ਖੋਲ੍ਹ ਕੇ ਇਨਵੈਟਰ ਕੋਲ ਲਾਉਣੇ ਚਾਰਜ ਇਹਨਾਂ ਨੂੰ, ਫਿਰ ਰਿਪੇਅਰ ਵੀ ਕਰਨੇ ਜੀ ਮਸ਼ੀਨਾਂ ਦੇ ਆਪਣੇ, ਕੋਈ ਚੱਲਦੇ ਬੈਟਰੀਆਂ ਖੋਲ੍ਹਦੇ ਜੀ। ਹਾਂਜੀ ਆਹ ਖੜੀ ਜੀ ਮਸ਼ੀਨ ਆਪਣੀ, ਇੱਕ ਮਹਿੰਦਰਾ ਜੀ ਇੱਕ ਸਵਰਾਜ ਆ ਜੀ, ਆਹ ਖੜੀ ਹੈ ਜੀ ਆਹ ਸਵਰਾਜ ਆ ਜੀ, ਆਹ ਮਹਿੰਦਰਾ ਜੀ ਹੈ ਇਹ ਵੀ ਸਵਰਾਜ ਜਿਹੜਾ ਮਾਰਕਾ ਮਹਿੰਦਰਾ ਲੱਗੇ ਹੋਇਆ ਜੀ, ਬਾਕੀ ਸਾਰਾ ਸਮਾਨ ਉਹੀ ਹੈ ਜੀ, ਰੰਗਦਾਰ ਦਾ ਨਾਂ ਦਾ ਹੀ ਫਰਕ ਹੈ ਜੀ, ਬਾਕੀ ਸਾਰਾ ਸਮਾਨ ਸਵਰਾਜ ਵਾਲੀ ਹੈ ਜੀ। ਇੱਥੇ ਦੀ ਆਈ ਹੋਈ ਹੈ ਜੀ, 2020 ਮਾਡਲ ਆਈ ਹੈ ਜੀ। ਖੋਲ੍ਹਦੇ ਜੀ ਬੈਠੇ ਜੀ ਆਪਾਂ, ਬੈਟਰੀ ਉਤਰ ਗਈ ਜੀ। ਐਸਾ ਹੈਗੀ ਮਾੜੀ ਮਤਲਬ ਚਾਰਜ ਹੈਗੀ ਹੈ ਜੀ, ਕਰੰਟ ਹੈਗਾ ਜੀ, ਲਾ ਲੈਣਾ ਚਾਰਜ ਨੂੰ, ਥੋੜ੍ਹੀ ਹੋ ਜੂਗੀ, ਅੱਧਾ ਘੰਟਾ ਲਾ ਲੈਣਾ। ਆਹ ਥੋੜ੍ਹੀ ਡਾਊਨ ਹੈ ਜੀ, ਜਿਹੜੀਆਂ ਨਵੀਆਂ ਬੈਟਰੀਆਂ ਦੀਆਂ ਜਿਹੜੀਆਂ ਉਹ ਦੂਜੀ ਮਸ਼ੀਨ 'ਤੇ ਰੱਖੀਆਂ ਹੋਈਆਂ ਜੀ ਆਪਾਂ ਨੇ, ਫਿਰ ਉਹ ਥੋੜ੍ਹੀ ਪੁਰਾਣਾ ਮਾਡਲ ਇੰਜਣ ਹੈ ਜੀ, ਤਾਂ ਨਵਾਂ ਮਾਡਲ ਛੇਤੀ ਸਟਾਰਟ ਹੋ ਜਾਂਦੀ ਹੈ, ਉਹ ਸਾਡੇ ਰਾਊਂਡ ਲੈਂਦੀ ਜੀ, ਤਾਂ ਕਰਕੇ ਬੈਟਰੀਆਂ ਬਦਲ ਗਈਆਂ ਆਪਾਂ ਨੇ। ਹੁਣ ਆਪਾਂ ਨੇ ਚਾਰਜ ਲਾਉਣੀ ਜਾ ਕੇ ਜੀ, ਨਹੀਂ ਚਾਰਜ ਹੋਊਗੀ ਤਾਂ ਫਿਰ ਨਵੀਂ ਲੈ ਕੇ ਰੱਖਾਂਗੇ ਜੀ। ਕਤਾਰ ਖੋਲਤੀ ਅੱਧੇ ਘੰਟੇ ਚ ਚਾਰਜ ਹੋ ਜਾਣਾ ਜੀ, ਉਹਦੇ ਬਾਅਦ ਫਿਰ ਦੂਜੀ ਬੈਟਰੀ ਲਾਉਂਗੇ ਜੀ। ਹਾਂ ਦੇਖੋ ਜੀ ਚਾਰਜ ਲੱਗ ਗਿਆ ਜੀ ਕਰਨ,
ਮੈਨੂੰ ਇੱਕ ਨੇ ਗਈ ਲਾਉਣਾ ਤਾਂ ਖਿਦਾ ਰੋਟੀ ਨਹੀਂ ਲੈ ਕੇ ਲਾਉਣਾ ਸੁਣਿਆ ਫਿਰ ਇਹ ਰੁਕ ਨਹੀਂ ਹੋਇਆ ਸੁੰਡ ਲਿਆਉਣਾ ਵੇ ਆ ਲਓ ਜੀ ਸੁੰਡ ਵਾਲੇ ਦੀ ਮਰ ਗਈ ਹੈ ਜੀ ਇੰਨੀ ਪਾਣੀ ਹੁਣ ਪੂਰਾ ਫੁੱਲ ਹੋ ਗਿਆ ਆਪਣਾ ਬੰਦ ਕਰਕੇ ਚੱਲੂਗਾ ਹਾਂ
ਉਹ ਦੇਖੋ ਜੀ ਚੱਲਦਾ ਆਪਣਾ ਇੰਜਣ ਇੱਧਰ ਦੇ ਐਂ ਜਾ ਰਿਹਾ ਜੀ ਪਹਿਲਾਂ ਹੀ ਪਿਛਲੀ ਵੀਡੀਓ ਦੇਖਿਆ ਹੋਣਾ ਤੁਸੀਂ ਉਹ ਇੱਧਰ ਸਪੈਦਿਆਂ ਕੋਲ ਗੇਰੇ ਵਜ ਲਿਜਾ ਗਏ ਜੀ ਚੱਲਦੇ ਜੀ ਹੋਰ ਗਾਂ ਨੂੰ ਇੱਧਰ ਦੇਖੋ ਖਾਲ ਭਰੀ ਹੋਈ ਪਾਣੀ ਦੀ ਭਰੀ ਪਾਣੀ ਜਾਣੀ ਕਿ ਹੈ ਤਾਂ ਥੋੜ੍ਹਾ ਹੀ ਹੈ ਜੀ ਫਿਰ ਵੀ ਖਰਾਬ ਤਾਂ ਕਰੂਗਾ ਜੀ ਹੁਣ ਇੰਜਣ ਹੈ ਤਾਂ ਜੀ ਕੋਲ ਕੱਢ ਦਿੰਦੇ ਜੀ ਦੇਖੋ ਜੀ ਆ ਗਿਆ ਜੀ ਪੈਪ ਆਪਣਾ ਆਹ ਕਰਦਾ ਜੀ ਪਾਣੀ ਆਹ ਦੇਖੋ ਜੀ ਪਾਣੀ ਕਰਦਾ ਡਰੇਨ ਪਾਣੀ ਨਿਕਲਣ ਵਾਸਤੇ ਆਈ ਇਹ ਇੱਧਰ ਪਾਣੀ ਨਿਕਲ ਰਿਹਾ ਉਹ ਇੰਜਣ ਉਹ ਉੱਥੇ ਤੇ ਆਉਂਦਾ ਜੀ ਦੇਖ ਲਓ ਇੰਨੀ ਲਾਉਂ ਆਪਾਂ ਇੱਧਰ ਖਾਈ ਪੱਟੀ ਵੀ ਜੀ ਖਾਈ ਵੀ ਤੁਹਾਨੂੰ ਦਿਖਾਉਂਦੇ ਜੀ ਹੁਣ ਚੱਲ ਕੇ ਆਹ ਖਲ ਪੱਟੀ ਵੀ ਜੀ ਇਹਦੇ ਵਿੱਚ ਨੂੰ ਵੀ ਪਾਣੀ ਆ ਰਿਹਾ ਇੱਧਰ ਦੇ ਹੁਣ ਆ ਗਿਆ ਜੀ ਆਪਣਾ ਖੇਤ ਇੱਧਰ ਇੱਧਰ ਪੱਟੀ ਵੀ ਆ ਜੀ ਐਂ ਖਾਈ ਇੱਧਰ ਨਿਕਲਦਾ ਜੀ ਪਾਣੀ ਵਿੱਚ ਨੂੰ ਉਹ ਗਾਹ ਡਰੇਨ ਆ ਜੀ ਸਫੈਦਿਆਂ ਕੋਲ ਇੱਧਰ ਖਾਲ 'ਚ ਨੂੰ ਵੀ ਪਾਣੀ ਆ ਰਿਹਾ ਜੀ ਇੱਧਰ ਨਿਕਲ ਗਿਆ ਜੀ ਕੱਲ੍ਹ ਦੀ ਚੱਲਦੀ ਆ ਜੀ ਇਹ ਘੱਟ ਗਿਆ ਪਾਣੀ ਹੁਣ ਤਾਂ ਜੀ ਉਰੇ ਆਹ ਕਣਕ ਜੀ ਆਪਣੀ ਦੇਖ ਲਓ ਤਿੰਨ ਵਾਰੀ ਪਾਣੀ ਕੱਢ ਲਿਆ ਜੀ ਇਹਦਾ ਤਾਂ ਕਰਕੇ ਕਣਕ ਇਹੀ ਹੋਈ ਆ ਜੀ ਇਹ ਇੱਧਰ ਲਾ ਗਿਆ ਜੀ ਕਣਕ ਇਹਨਾਂ ਨੇ ਕੱਢਿਆ ਨਹੀਂ ਪਾਣੀ ਜੀ ਇਹਨਾਂ ਦੀ ਕਣਕ ਦੇਖ ਲਓ ਵਿਚਾਰਿਆਂ ਦੀ ਖਰਾਬ ਹੋ ਗਈ ਇਹਨਾਂ ਨੇ ਇੰਜਣ ਚਲਾਏ ਨਹੀਂ ਉਰੇ ਟੋਏ ਪਟਾਏ ਦੇ ਟੋਏ ਵੀ ਭਰੇ ਪਏ ਬਹੁਤ ਆਹ ਦੇਖ ਲਓ ਜੀ ਇੱਧਰ ਆਪਣੀ ਕਣਕ ਆ ਜਾਂਦੀ ਹੈ ਜੀ ਇਹਦੇ ਪਾਣੀ ਕੱਢ ਰਹੇ ਹਾਂ ਜੀ